ਝੋਨੇ ਦਾ ਨਾੜ ਹੁੰਦਾ ਸੀ ਅੱਗ ਲਾਈ ਹੋਈ ਸੀ ਪਰ ਉਸੇ ਦਰਮਿਆਨ ਪ੍ਰਸ਼ਾਸਨ ਦੀ ਫਾਇਰ ਬ੍ਰਿਗੇਡ ਦੀ ਗੱਡੀ ਉਸ ਪਰਾਲੀ ਦੀ ਜਿਹੜੀ ਧੂਹੇ ਨੂੰ ਅੱਗ ਨੂੰ ਬੁਝਾਉਣ ਆ ਜਾਂਦੀ ਹੈ ਪਰ ਉੱਥੇ ਜਿਹੜੇ ਕਿਸਾਨ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਤੋਂ ਬੱਸ ਖੋਹ ਲਈ ਜਾਂਦੀ ਆ ਕਰਚੇ ਖੜੇ ਚ ਕੱਲੀ ਗਾਲੀ ਨੂੰ ਅੱਗ ਲਾਈ ਸੀ ਜਿਹਦੇ ਉੱਤੇ ਮਹਿਕਮਾ ਅਰੇ ਫਾਇਰ ਬ੍ਰਿਗੇਡ ਦੀ ਗੱਡੀ ਲੈ ਕੇ ਪਹੁੰਚ ਕੇ ਅੱਗ ਬੁਝਾਈ ਆ ਸਾਰੇ ਕਿਸਾਨ ਇੱਥੇ ਇਕੱਠੇ ਹੋਏ ਵੇ ਆ ਪਿੰਡ ਕਲਾਲੇ ਸਹਿਜਣਿਆਂ ਦੇ ਰਾਹ 'ਤੇ ਕਿਸਾਨਾਂ ਦੇ ਖੇਤ ਦੇ ਵਿੱਚ ਪਰਾਲੀ ਨੂੰ ਅੱਗ ਲੱਗੀ ਹੋਵੇ ਔਰ ਪ੍ਰਸ਼ਾਸਨ ਦੀ ਜਿਹੜੀ ਫਾਇਰ ਬ੍ਰਿਗੇਡ ਦੀ ਗੱਡੀ ਪਰਾਲੀ ਦੀ ਅੱਗ ਨੂੰ ਬੁਝਾਉਣ ਆਵੇ ਔਰ ਉਸੇ ਗੱਡੀ ਨੂੰ ਕਿਸਾਨ ਆਪਣੇ ਕਬਜ਼ੇ ਦੇ ਵਿੱਚ ਲੈ ਲੈਣ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਬਰਨਾਲੇ ਤੋਂ ਦਰਅਸਲ ਬਰਨਾਲੇ ਦੇ ਕਲਾਲਾ ਪਿੰਡ ਦੀ ਖਬਰ ਹੈ ਉੱਥੇ ਜਿਹੜਾ ਪਰਾਲੀ ਦਾ ਖੇਤ ਸੀ ਪਰਾਲੀ ਦੀ ਅੱਗ ਲਾਈ ਹੋਈ ਸੀ ਜੋ ਝੋਨੇ ਦਾ ਨਾੜ ਹੁੰਦਾ ਸੀ ਅੱਗ ਲਾਈ ਹੋਈ ਸੀ ਪਰ ਉਸੇ ਦਰਮਿਆਨ ਪ੍ਰਸ਼ਾਸਨ ਦੀ ਫਾਇਰ ਬ੍ਰਿਗੇਡ ਦੀ ਗੱਡੀ ਉਸ ਪਰਾਲੀ ਦੀ ਜਿਹੜੀ ਧੂਹੇ ਨੂੰ ਅੱਗ ਨੂੰ ਬੁਝਾਉਣ ਆ ਜਾਂਦੀ ਹੈ ਪਰ ਉੱਥੇ ਜਿਹੜੇ ਕਿਸਾਨ ਹੁੰਦੇ ਨੇ ਉਹਨਾਂ ਦੇ ਵੱਲੋਂ ਜਿਹੜੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਤੋਂ ਬੱਸ ਖੋਹ ਲਈ ਜਾਂਦੀ ਆ ਔਰ ਆਪਣੇ ਕਬਜ਼ ਦੇ ਵਿੱਚ ਲਈ ਜਾਂਦੀ ਆ ਫੋਟੋ ਦਾ ਏਡਾ ਲਾਲਚੀ ਹੈ ਨਾ ਮੇਰਾ ਵਾਲਾ ਮੂਹਰੇ ਤੁਰਿਆ ਫਿਰੂ ਸਤਿ ਸ਼੍ਰੀ ਅਕਾਲ ਜੀ ਗੱਡੀ ਲਾ ਸਕਦਾ ਪ੍ਰਧਾਨ ਆਪ ਬਥੇਰੀਆਂ ਬੱਸਾਂ ਚਲਾਈਆਂ ਨੇ ਬਾਈ ਭਾਈ ਫਾਇਰ ਬ੍ਰਿਗੇਡ ਖੜਾ ਦਿਓ ਉਦੋਂ ਤਾਂ ਇਹਨਾਂ ਨੇ ਖੜਾਈ ਨਹੀਂ ਹੁਣ ਇਹਨਾਂ ਨੇ ਫਾਇਰ ਬ੍ਰਿਗੇਡ ਧੱਕੇ ਨਾਲ ਆ ਸਾਡੇ ਕਿਸਾਨਾਂ ਦਾ ਸ਼ੋਸ਼ਣ ਕਰ ਲਈ ਇਹ ਭੇਜ ਰਹੇ ਨੇ ਜਦੋਂ ਲੋੜ ਸੀ ਜਦੋਂ 1860 ਏਕੜ ਸਾਡੀ ਕਣਕ ਤਬਾਹ ਹੋਈ ਸੀ ਉਦੋਂ ਕਿੱਥੇ ਸੀ ਫਾਇਰ ਬ੍ਰਿਗੇਡ ਜੋ ਜਦੋਂ DC ਸਾਹਿਬ ਨੂੰ ਪਿਛਲੇ ਸੀਜ਼ਨ 'ਚ ਬੇਨਤੀ ਕਰਕੇ ਆਇਆ ਫਿਗਰਾਂ ਨੇ 3300 ਏਕੜ 3300 ਤੋਂ ਲੈ ਕੇ 3700 ਏਕੜ ਰਾਕਬਾ ਜਿਹੜੇ ਕਿਸਾਨਾਂ ਨੇ ਵਿੱਚ ਮਲਟ ਕਰੀ ਸੀ ਪਰਾਲੀ ਸੁੰਡੀ ਨਾਲ ਖਰਾਬ ਹੋ ਗਈ ਕਣਕ ਸਾਡੀ ਉਹ ਫਿਕਰਾਂ DC ਕੋਲ ਆ ਕਿਹੜੇ ਕਿਸਾਨ ਨੂੰ ਮੁਆਵਜ਼ਾ ਦਿੱਤਾ ਗਾ ਸੋ ਜਿੱਥੇ ਲੋੜ ਆ ਅਸੀਂ ਕਹਿੰਦੇ ਗਰਦੌਰੀਆਂ ਕਰੋ ਮੈਂ ਪਿਛਲੀ ਵਾਰ ਕਹਿ ਕੇ ਆਇਆ ਵੀ ਗਰਦੌਰੀਆਂ ਕਰੋ ਕਣਕ ਕਿੰਨੀ ਖਰਾਬ ਹਾਲੇ ਤੱਕ ਨੈਬ ਤਹਿਸੀਲਦਾਰ ਨਹੀਂ ਪਹੁੰਚਿਆ 2 ਸਾਲਾਂ ਦੀ ਗੱਲ ਆ ਸਾਡੀ ਕਣਕ ਮੱਚ ਗਈ 850 ਏਕੜ ਨੈਬ ਤਹਿਸੀਲਦਾਰ ਨਹੀਂ ਪਹੁੰਚਿਆ ਹਾਲੇ ਤੱਕ ਫਾਇਰ ਬ੍ਰਿਗੇਡ ਨਹੀਂ ਪਹੁੰਚੀ ਪਰ ਅੱਜ ਜਬਰੀ ਇਹਨਾਂ ਨੇ ਜਿਹੜੇ ਫਾਇਰ ਬ੍ਰਿਗੇਡ ਭੇਜੀ ਆ ਨੈਬ ਤਹਿਸੀਲਦਾਰ ਨੂੰ ਪਰਚਾ ਦੇਣ ਲਈ ਭੇਜਿਆ ਤੇ ਅੱਜ ਜਿਹੜੇ ਅੱਜ ਬੰਦੀ ਬਣਾਈ ਕੌਣ ਕੌਣ ਬੰਦੇ ਬਣਾਏ ਨੇ ਇਹਦੇ 'ਚ ਇੱਕ ਤਾਂ ਨੈਬ ਤਹਿਸੀਲਦਾਰ ਆ ਜਿਹੜਾ ਇਹਨਾਂ ਨਾਲ ਲਾਇਆ ਇੱਕ ਦੋ ਜਿਹੜੇ ਖੇਤੀਬਾੜੀ ਅਧਿਕਾਰੀ ਨੇ ਉਹ ਨੇ ਉਹਨਾਂ ਨੂੰ ਜਿਹੜਾ ਅਸੀਂ ਬੰਦੀ ਬਣਾਇਆ ਹੋਇਆ ਹੈਗਾ ਉਨਾ ਚਿਰ ਛੱਡਾਂਗੇ ਨਹੀਂ ਜਿੰਨਾ ਚਿਰ ਇਹ ਸਾਡਾ ਹੱਲ ਨਹੀਂ ਕਰਦੇ ਆ ਪਰਚਾ ਵਾਪਸ ਨਹੀਂ ਲੈਂਦੇ ਅਤੇ ਸਾਡਾ ਅਲਟੀਮੇਟਮ ਵੀ ਆ ਜਿਹੜੀ ਆ ਫਾਇਰ ਬ੍ਰਿਗੇਡ ਆ
ਇਹਨੂੰ ਜਥੇਬੰਦੀ ਨੇ ਆਪਦੇ ਕਬਜ਼ੇ 'ਚ ਲੈ ਲਿਆ ਗਾ। ਪੂਰ ਲੋਕ ਇਹਨੂੰ ਇੱਥੇ ਗੁਰਦੁਆਰਾ ਸਾਹਿਬ ਲਾ ਦੇਵਾਂਗੇ, ਪੰਜ ਦਿਨ ਚਾਰ ਦਿਨ ਉਨੇ ਦਿਨ ਛੱਡਾਂਗੇ ਨਹੀਂ ਜਿੰਨੇ ਦਿਨ ਅੱਗ ਨਹੀਂ ਲੱਗਦੀ। ਅਤੇ ਨਾਲ ਹੀ ਸਾਡਾ ਅਲਟੀਮੇਟਮ ਇਹ ਆ ਜਿਹੜਾ ਕਿਸਾਨ ਨੇ ਅੱਜ ਅੱਗ ਲਾਈ ਆ ਰਣਜੋਤ ਸਿੰਘ ਨੇ ਜਾਂ ਬਰਨਾਲੇ ਜ਼ਿਲ੍ਹੇ 'ਚ ਹੋਰ ਪ੍ਰਸ਼ਾਸਨ ਨੂੰ ਅਲਟੀਮੇਟਮ ਆ ਸਰਕਾਰ ਨੂੰ, ਇਹਨਾਂ ਨੇ ਪਰਚਾ ਦੇਣ ਦੀ ਕੋਸ਼ਿਸ਼ ਕਰੀ। 4 ਜੂਨਾਂ ਦੇ ਵਿੱਚ ਬਰਨਾਲੇ ਜ਼ਿਲ੍ਹੇ ਨੂੰ ਵੰਡਿਆ ਹੋਇਆ ਗਾ, ਮਹਿਲ ਕਲਾਂ ਬਠਿੰਡਾ ਮਾਰਗ, ਬਠਿੰਡਾ ਲੁਧਿਆਣਾ ਮਾਰਗ ਮਹਿਲ ਕਲਾਂ ਪੱਕੇ ਤੌਰ 'ਤੇ ਟਰਾਲੀਆਂ ਲਾ ਕੇ ਪਰਾਲੀ ਦੀਆਂ ਜਾਮ ਕਰਾਂਗੇ। ਚੰਡੀਗੜ੍ਹ ਸੰਗਰੂਰ ਬਰਨਾਲਾ ਮਾਰਗ ਧਨੌਲੇ ਜਾਮ ਕਰਾਂਗੇ, ਬਰਨਾਲਾ ਟੂ ਬਠਿੰਡਾ ਅਤੇ ਤਪੇ ਜਾਮ ਕਰਾਂਗੇ, ਬਰਨਾਲਾ ਟੂ ਮੋਗਾ ਟੱਲੇਵਾਲ ਦਾ ਪੁਲ ਜਾਮ ਕਰਾਂਗੇ। ਇਹ ਪੰਜੇ ਜਿਹੜੀਆਂ ਚਾਰੇ ਸੜਕਾਂ ਹੁੰਦੀਆਂ ਨੇ ਬਰਨਾਲੇ ਜ਼ਿਲ੍ਹੇ ਨੂੰ, ਇਹ ਸਾਡਾ ਅਲਟੀਮੇਟਮ ਆ ਸਾਰੀਆਂ ਜਥੇਬੰਦੀਆਂ ਵੱਲੋਂ ਪੂਰਨ ਤੌਰ 'ਤੇ ਸੜਕਾਂ ਜਾਮ ਕਰ ਦਿਆਂਗੇ। ਇਹ ਕਹਿੰਦੇ ਰੈੱਡ ਲਾਈਨਾਂ ਦੀ ਧਮਕੀ ਦਿੰਦੇ ਆ, ਫਰਦਾਂ 'ਤੇ ਰੈੱਡ ਐਂਟਰੀਆਂ ਕਰ ਦਿਆਂਗੇ, ਕਿਸੇ ਕਿਸਾਨ ਦੇ ਰੈੱਡ ਐਂਟਰੀ ਨਹੀਂ ਹੋਣ ਦੇਵਾਂਗੇ। ਜੇ ਰੈੱਡ ਐਂਟਰੀਆਂ ਕਰਨਗੇ ਪਰਾਲੀ ਦੀਆਂ ਸੜਕਾਂ ਲਾ ਕੇ, ਟਰਾਲੀ ਦੇ ਸੜਕਾਂ 'ਤੇ ਪਰਾਲੀ ਲਾ ਕੇ ਪੱਕੇ ਤੌਰ 'ਤੇ ਸੜਕਾਂ ਜਾਮ ਕਰਾਂਗੇ, ਮੁਕੰਮਲ ਜਾਮ ਰੱਖਾਂਗੇ ਉਨਾ ਚਿਰ। ਸਾਡਾ ਅਲਟੀਮੇਟਮ ਵੀ ਸੜਕਾਂ ਖਾਲੀ ਨਹੀਂ ਛੱਡਾਂਗੇ ਜਿੰਨਾ ਚਿਰ ਇਹ ਰੈੱਡ ਐਂਟਰੀਆਂ ਜਾਂ ਜਿਹੜੀਆਂ ਕਿਸਾਨਾਂ 'ਤੇ FIR ਵਾਪਸ ਨਹੀਂ ਲੈਂਦੇ। ਤੁਸੀਂ ਅੱਗ ਲਾਉਂਗੇ ਪਰਾਲੀ ਨੂੰ ਜਿਵੇਂ ਸਰਕਾਰ ਮਨਾ ਕਰ ਰਹੀ? ਦੇਖੋ ਅਸੀਂ ਤਾਂ ਆਪ ਵਾਤਾਵਰਨ ਪ੍ਰੇਮੀ ਹਾਂ, ਸਾਡੀ ਮਜ਼ਬੂਰੀ ਸਾਨੂੰ ਦੱਸੇ ਸਰਕਾਰ ਨੇ, ਜੇ ਜਿੱਥੇ 1000 ਸਬਸਿਡੀਆਂ ਲਈ ਫਾਰਮ ਭਰੇ ਆ ਉੱਥੇ ਦਿੱਤੇ ਇਹਨਾਂ ਨੇ 70 ਆ, ਦਿੱਤੇ 80 ਆ, ਪਰ 900 ਕਿਸਾਨ ਆ ਜਿਹੜਾ ਉਹ ਬੇਬਸ ਉੱਤੇ ਮਜ਼ਬੂਰ ਹੋਊਗਾ, ਉਹਨੂੰ ਅੱਗ ਲਾਉਣੀ ਪੈਣੀ। ਤੁਹਾਡਾ ਜੀ? ਮੈਂ ਜਗਸੀਰ ਸਿੰਘ ਸੀਨੀਵਾਲ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕਰਦੀ ਹਾਂ। ਜਗਸੀਰ, ਤੁਸੀਂ ਅੱਜ ਜਿੱਥੇ ਫਾਈਵ ਗੇਟ ਦੀ ਗੱਡੀ ਘੇਰੀ ਹੈ, ਪ੍ਰਸ਼ਾਸਨ ਦੇ ਅਧਿਕਾਰੀ ਘੇਰੇ ਨੇ, ਕੀ ਮਾਮਲਾ ਹੋਇਆ, ਕੀ ਗੱਲ ਹੋਈ, ਕਿਹੜਾ ਪਿੰਡ ਹੈ? ਮਾਮਲਾ ਇਹ ਆ ਪਿੰਡ ਕਲਾਲੇ ਦਾ, ਸਾਡੇ ਇੱਥੋਂ ਦਾ ਰਣਜੋਤ ਸਿੰਘ ਕਿਸਾਨ ਆ, ਉਹਨੂੰ ਅੱਗ ਲਾਈ ਆ। ਸੋ ਅੱਗ ਵੀ ਲਾਈ ਆ ਉੱਪਰਲੇ ਨਾੜ ਨੂੰ ਹੀ। ਅਸੀਂ ਸਰਕਾਰ ਤੋਂ ਮੰਗ ਕਰੀ ਸੀ ਵੀ ਤੁਸੀਂ ਜੇ ਬੈਨ ਕਰਨਾ ਤਾਂ ਰੀਪਰ ਬੈਨ ਕਰ ਦਿਓ ਜਿਹਦੇ ਨਾਲ ਜ਼ਿਆਦਾ ਧੂੰਆਂ ਬਣਦਾ। ਅਫਸੋਸ ਦੀ ਗੱਲ ਇਹ ਆ ਵੀ ਸਾਡੇ CM ਦੇ ਨਾਲ ਮੀਟਿੰਗ ਹੋਈ, ਖੁਦ ਮੇਰੀ ਵੀ ਮੀਟਿੰਗ ਹੋਈ ਆ CM ਨਾਲ, SKM ਦੀ ਮੀਟਿੰਗ ਹੋਈ, ਮੈਂ ਵਿੱਚ ਸ਼ਾਮਿਲ ਸੀ। CM ਸਾਡਾ ਮੰਨਿਆ ਹੈਗਾ ਵੀ ਠੀਕ ਆ, ਅਸੀਂ ਜਿਹੜੇ ਪਸ਼ੂ ਨਾਲ ਕਸੰਦ ਦੇਣ 'ਚ ਸਫਲ ਹੋਈ ਆ ਸਾਡੀ ਸਰਕਾਰ, ਵੀ ਅਸੀਂ ਕੋਈ ਕਾਰਖਾਨੇ ਨਹੀਂ ਲਾ ਸਕੇ, ਕੋਈ ਇਹਨੂੰ ਮਲਟ ਕਰਨ ਦਾ ਤਰੀਕਾ ਨਹੀਂ ਬਣਾ ਸਕੇ, ਕੋਈ ਇਹਨੂੰ ਜਿਹੜੇ ਚੋਪਰ ਵਗੈਰਾ ਨੇ ਉਹ ਲਾਗੂ ਅਸਲੀ ਤੌਰ 'ਤੇ ਅਸੀਂ ਨਹੀਂ ਉਹ ਕਰ ਸਕੇ ਰੂਲਰ ਵਗੈਰਾ। ਸੋ ਹੁਣ ਸਰਕਾਰ ਨੂੰ ਜਾਂ ਤਾਂ ਫੈਕਟਰੀਆਂ ਲਾਉਂਦੀ ਇਹਨੂੰ ਚੱਕ ਕੇ ਬਾਹਰ ਲੈ ਜਾਂਦੀ ਪਰਾਲੀ ਨੂੰ। ਹੁਣ ਸਰਕਾਰ ਦੇ ਜਿਹੜੀ ਉਹਨੂੰ ਕਿਸਾਨ ਦੇ ਦਿੱਤੇ ਉਹ ਸਿਰਫ 12% ਹੀ ਕਿਸਾਨਾਂ ਨੂੰ ਲਾਭ ਹੋਇਆ ਗਾ, ਉਹ ਵੀ ਸੁਪਰ ਸੀਡਰ ਆ ਜਿਹੜਾ ਇਹਨਾਂ ਨੇ ਬਣਾਇਆ। ਮੈਂ ਕਹਿੰਦਾ ਕੋਈ ਸਾਡਾ ਅਲਟੀਮੇਟਮ ਆ, ਕੋਈ ਵੀ ਅਧਿਕਾਰੀ ਜਿਹੜਾ ਖੇਤੀਬਾੜੀ ਅਧਿਕਾਰੀ ਹੈ ਉਹ ਚੱਲ ਚਲਾ ਕੇ ਦਿਖਾ ਦੇਵੇ ਬਿਨਾਂ ਅੱਗ ਤੋਂ, ਅਸੀਂ ਕਹਿ ਦਾਂਗੇ ਕਿਸਾਨ ਨਹੀਂ ਉਹ ਕਰਦੇ ਅੱਗ ਲਾਉਂਦੇ। ਸੋ ਇਹ ਸਾਰਾ ਸਰਕਾਰ ਦੀ ਨਲੇਕੀ ਕਰਕੇ, ਸਰਕਾਰ ਕੋਈ ਪੁਖਤ ਦਾ ਪ੍ਰਬੰਧ ਨਹੀਂ ਕਰ ਸਕੀ, ਕਿਉਂਕਿ ਸਾਡੇ ਕੋਲ ਸਿਰਫ ਹੈਗਾ ਗਾ 10 ਦਿਨ, 10 ਦਿਨ ਦੇ ਵਿੱਚ ਝੋਨਾ ਵੀ ਵੱਢਣਾ ਗਾ, ਕਣਕ ਵੀ ਬੀਜਣੀ ਹੈ, ਇਸੇ 10 ਦਿਨਾਂ ਦੇ ਵਿੱਚ ਜਦੋਂ ਇਹ ਕਣਕ ਬੀਜਣੀ ਆ, ਸੋ ਕਿਸਾਨਾਂ ਨੂੰ ਫਿਰ ਕਿਸਾਨਾਂ ਦੀ ਬੇਬਸੀ 'ਤੇ ਮਜ਼ਬੂਰੀ ਅੱਗ ਲਾਉਣਾ। ਅਸੀਂ ਨਹੀਂ ਚਾਹੁੰਦੇ ਵੀ ਅਸੀਂ ਅੱਗ ਲਾਈਏ, ਪਰ ਕਿਸਾਨਾਂ ਦੀ ਬੇਬਸੀ 'ਤੇ ਮਜ਼ਬੂਰੀ ਆ, ਸਰਕਾਰ ਦੀ ਨਲੇਕੀ ਆ ਜਿਹੜੀ ਉਹ ਜ਼ਬਰਦਸਤੀ ਡਿਕਟੇਟਰ ਸਾਡੇ 'ਤੇ ਕਰ ਰਹੀ ਆ। ਅਫਸੋਸ ਇਸ ਗੱਲ 'ਤੇ ਹੈ ਵੀ ਪਹਿਲਾਂ ਅਕਾਲੀਆਂ ਦਾ ਰਾਜ ਰਿਹਾ, ਕਾਂਗਰਸੀਆਂ ਦਾ ਰਿਹਾ, ਉਦੋਂ ਵੀ ਅੱਗ ਲਾਉਣ 'ਤੇ ਰੋਕਦੀ ਸੀ, ਪਰ ਜਿਹੜੇ 92 ਅਸੀਂ ਵਿਧਾਇਕ ਜਿਹੜੇ ਸਾਡੇ ਆਮ ਲੋਕਾਂ 'ਚੋਂ ਨਿਕਲ ਕੇ ਮੂਵਮੈਂਟ 'ਚੋਂ ਨਿਕਲੀ ਹੋਈ ਪਾਰਟੀ ਹੈ, ਕਹਿੰਦੇ ਆਮ ਲੋਕਾਂ ਦੀ ਪਾਰਟੀ ਹੈ, ਆਹ ਜਿਹੜੀ ਫਾਇਰ ਗ੍ਰੇਡ ਅਸੀਂ ਫੜੀ ਖੜ੍ਹੇ ਹਾਂ, ਅਤੇ ਫਾਇਰ ਗ੍ਰੇਡ ਦਾ ਕਦੇ ਅਕਾਲੀ ਕਾਂਗਰਸੀ ਨੇ ਭੇਜੀ ਸੀ, ਇਹਨਾਂ ਨੇ ਭੇਜੀ ਆ, ਇਹਨਾਂ ਦਾ ਪਤਾ ਲੱਗ ਗਿਆ ਜਿਹੜੀ ਆਮ ਆਦਮੀ ਪਾਰਟੀ ਸਰਕਾਰ 'ਚ ਸਿੱਧ ਹੁੰਦਾ ਗਾ। 4 ਕੱਲ੍ਹ ਇਹਨਾਂ ਨੇ ਜਬਰੀ ਜਿਹੜੇ ਖੇਤੀਬਾੜੀ ਅਧਿਕਾਰੀ ਹੈ ਜ਼ਿਲ੍ਹਾ ਪੱਧਰੀ, ਉਹ ਇਹਨਾਂ ਨੇ 4 ਸਸਪੈਂਡ ਕੀਤੇ, ਅੱਜ ਇਹ ਜਬਰੀ ਇਹਨਾਂ ਨੇ ਫਾਇਰ ਬ੍ਰਿਗੇਡ ਅਤੇ ਨਾਇਬ ਤਹਿਸੀਲਦਾਰ ਦੇ ਖੇਤੀਬਾੜੀ ਅਫਸਰ ਅਧਿਕਾਰੀ ਆਏ ਆ, ਜਿਨ੍ਹਾਂ ਨੂੰ ਅਸੀਂ ਬੰਦੀ ਬਣਾ ਲਿਆ ਗਾ, ਉਹਨਾਂ ਚਿਰ ਇਹਨਾਂ ਨੂੰ ਅਲਟੀਮੇਟਮ ਦੇਤਾ ਭਾਈ ਛੱਡਾਂਗੇ ਨਹੀਂ, ਜੇ ਜਿਹੜੀ ਤੂੰ ਇਲੈਕਸ਼ਨ ਪੜ੍ਹ ਤਾਂ ਕਰੀ ਹੈ ਉਹ ਪਾੜੂ ਇੱਕਦਮ। ਇੱਕ ਜਿਹੜੀ ਫਾਇਰ ਬ੍ਰਿਗੇਡ ਹੈ, ਅਸੀਂ ਮਹਿਲਕਲਾਂ 5 ਸਾਲ ਹੋ ਗਏ ਮੈਮੋਰੈਂਡਮ ਦਿੰਦਿਆਂ ਨੂੰ DC ਅਤੇ ਪੰਜਾਬ ਸਰਕਾਰ ਨੂੰ ਵੀ ਇੱਥੇ ਮਹਿਲਕਲਾਂ ਸਬ ਤਹਿਸੀਲ ਹੈ ਵੀ ਇੱਥੇ ਭਾਈ ਫਾਇਰ ਬ੍ਰਿਗੇਡ ਖੜਾ ਦਿਓ, ਉਦੋਂ ਤਾਂ ਇਹਨਾਂ ਨੇ ਜਿਹੜਾ ਕਿਉਂਕਿ ਮੂਹਰੇ ਕਣਕ ਦਾ ਸੀਜ਼ਨ ਆ ਰਿਹਾ ਬਿਜਾਈ ਦਾ, ਇਹ ਦਿਨ ਸਾਡੇ ਕੋਲ ਹੁੰਦੇ ਸਿਰਫ 8 ਤੋਂ ਲੈ ਕੇ 10, 10 ਦਿਨਾਂ ਦੇ ਵਿੱਚ ਤਾਂ ਝੋਨਾ ਵੀ ਵੱਢਣਾ ਅਤੇ ਬਿਜਾਈ ਵੀ ਸਾਰੀ ਕਰਨੀ ਆ। ਸੋ ਉਹਦੇ ਤਹਿਤ ਸਰਕਾਰ ਜਿਹੜੀ ਆਧੁਨਿਕ ਸੰਦ ਦੇਣ 'ਚ ਅਸਫਲ ਹੋਈ ਸਾਬਤ ਹੋਈ ਆ, ਜਿਹੜੇ ਇਹਨਾਂ ਨੇ ਆਧੁਨਿਕ ਸੰਦ ਦਿੱਤੇ ਆ ਪਹਿਲਾਂ ਤਾਂ ਉਹ ਕਾਮਯਾਬ ਨਹੀਂ ਹੋਏ, ਜੇ ਕਾਮਯਾਬ ਹੋਏ ਆ ਤਾਂ ਪੂਰੇ ਪੰਜਾਬ ਦੇ ਵਿੱਚ
पूरे पंजाब दे विच 12% किसानां नूं लाभ होया कुल उन्हां दा, हुण जिहड़े बाकी 88% किसान है जिन्हां कोल। जिस तों बाद फर्क तां पैंदा कि किते ना किते सरकार दे जिहड़े वादे ने उन्हां ते किसान सवाल भी खड़े करदे ने, पर उसे दरमियान इह बस खोह लई जांदी है जो गड्डी हुंदी आ अग बुझाउण वाली, उसनूं गुरु घर दे कनाल दे जिहड़ा पिंड कलाल दे गुरु घर दे विच खड़ा दित्ती जांदी आ। किते ना किते किसान नाराज नजर आ, पर उसे दौरान जे प्रशासन की गल की जाए, कानून की गल की जाए, तो अपने हथां दे विच कानून नूं लिया है किसानां ने। किते ना किते किसानां ते सवाल खड़ा जरूर हुंदा है, पर यह गल जरूर है कि किसान नाराज जरूर ने, क्योंकि पराली का कितना ना कितने कोई हिला नहीं है, और लगातार जिहड़ा पराली नाल धुआं हुंदा है पोल्यूशन नूं लैके सरकार वड्डा एक्शन लै रही है। उसे दरमियान बरनाला दे कलाल पिंड दे विच फायर ब्रिगेड की गड्डी अग बुझाउण आउंदी है, पर उस दरमियान किसान उस गड्डी